ਦੁੱਧ ਘੰਟੇ ਤੇ 17 ਕਿਲੋ ਦੁੱਧ ਲਵਾ ਕੇ ਘੰਟੇ ਤੇ ਦੇਣਗਾ ਆਪਾਂ 17 ਕਿਲੋ 17.5 ਕਿਲੋ ਤੋਲ ਕੇ ਦੇਵਾਂਗੇ ਆਪਣੇ ਘੰਟੇ ਘਰੇ 4 ਟਾਈਮ ਬਹਿ ਕੇ ਚੋਵੇ ਬੰਦਾ 10 ਦਿਨ ਦੀ ਸੂਈ 10 ਦਿਨ ਦੀ ਸੂਈ 12 ਦਿਨ ਹੋ ਗਏ ਸੂਈ ਨੂੰ 4 ਦੰਦ ਬਰਾਬਰ ਛਿੱਗ ਦੇ ਚੱਕ ਰਿਹਾ ਚੱਕ ਰਹੀ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਿਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਮੋਗਾ ਤੇ ਲੁਧਿਆਣਾ ਕਹਿੰਦੇ ਵੀ ਦੋ ਜ਼ਿਲ੍ਹਿਆਂ ਦੀ ਹੱਦ ਤੇ ਪੈਂਦਾ ਪਿੰਡ ਬਿਲਾਸਪੁਰ ਬਾਈ ਰਾਜੇ ਕੋਲੇ ਆਏ ਹੋਏ ਆ ਚਾਰ ਝੋਟੀਆਂ ਦਿਖਾਵਾਂਗੇ ਇੱਕ ਤਾਂ ਬਾਈ ਕਹਿੰਦਾ ਦੁੱਧ ਧਰਦੀ ਆ ਕੰਡੇ ਤੇ 17 ਕਿਲੋ ਤਿੰਨ ਝੋਟੀਆਂ ਤਕਰੀਬਨ ਪਹਿਲਾਂ ਸੂਆ ਹੋਣਗੀਆਂ ਤੇ ਕੁਆਲਿਟੀ ਮਿਲੂਗੀ ਟੌਪ ਬਾਕੀ ਗੱਲਬਾਤ ਬਾਈ ਰਾਜੇ ਨਾਲ ਕਰਾਂਗੇ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਤੇ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜਾ ਰਾਜੇ ਫਿਰ ਹੋਰ ਵੀਰੇ ਪੂਰੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਸਾਨ ਪਸ਼ੂ ਚੈਨਲ ਦੇਖਾਂਗੇ ਸਾਰੇ ਤੰਦਰੁਸਤ ਚੜ੍ਹਦੀਆਂ 'ਚ ਹੋਣਗੇ ਕਿਵੇਂ ਆ ਰਾਜੇ ਪੂਰੇ ਚੁੱਟੀ ਦੇ ਵੀਰੇ ਚਾਰੇ ਝੋਟੀਆਂ ਤਿੰਨ ਝੋਟੀਆਂ ਆਪਣੇ ਹੈਰਾਨੀ ਆ ਪਿਓਰ ਪ੍ਰੂਫ ਦੇਵਾਂਗੇ ਆਪਾਂ ਵਿਦ ਪ੍ਰੂਫ ਦੇਵਾਂਗੇ ਨੰਬਰ ਬੋਲ ਤੇਰਾ ਨੰਬਰ 9972773698 9972773698 ਕੰਮ ਇਹ ਸੱਜਣ ਦਾ ਹੁੰਦਾ ਬਿਲਕੁਲ ਸਾਫ ਸੁਥਰਾ ਇੱਕ ਨੰਬਰ ਦਾ ਕੰਮ ਕਰਦਾ ਬਾਈ ਤੇ ਸ਼ੁਰੂਆਤ ਰਾਜੇ ਕਿਹੜੇ ਪਾਸੇ ਪੂਰੇ ਵਿਆਹ ਚੁੱਟੀ ਤੋਂ ਕਰਾਂਗੇ ਤਿਆਰ ਦੁੱਧ ਵਾਲੀ ਤੋਂ ਤਿਆਰ ਦੁੱਧ ਤੋਂ ਧੋਰ ਜੱਸੇ ਚੌਕੀ ਚੁੱਟੀ ਹੈਗੀ ਆ ਸਿੱਖ ਦੇ ਕਿੰਨੀ ਚੱਕਦੀ ਹੈ ਜੀ ਚਾਰ ਦੰਦੀ ਆ ਚਾਰ ਦੰਦੀ ਆ ਸਿੱਖ ਕਨਫਰਮ ਚੈੱਕ ਕਰੇ ਬੰਦਾ ਵੀਰੇ ਤਸੱਲੀ ਕਰਾ ਦਾਂਗੇ ਜਿਹੜੇ ਪੈਸੇ ਲਾਉਣੇ ਚੈੱਕ ਕਰੇ ਸਾਡੇ ਕੋਲ ਆ ਗਿਆ ਵੀਰੇ ਚਾਰ ਦੰਦ ਛਿੱਕ ਦੇ ਬਾਈ ਕਹਿੰਦਾ ਚੱਕਦੀ ਆ ਚਾਰ ਬਰਾਬਰ ਕਰਕੇ ਇਹਨੂੰ ਤੁਸੀਂ ਚਾਰ ਮੰਨ ਲਿਓ ਸੱਜਣੋ 6 ਮੰਨ ਲਿਓ ਸੂਆ ਕਿੰਨੇ ਕੁ ਦਿੰਦਾ ਰਾਜੇ ਸੂਆ ਵੀਰੇ ਨੂੰ ਹੋ ਗਿਆ 12-13 ਦਿਨ 12-13 ਮੈਲੇ ਨਹੀਂ ਲੱਗੀ ਮੈਲੇ ਲੱਗੀ ਨਹੀਂ ਲੱਗੀ ਨਹੀਂ ਹੈ ਬੱਚਾ ਕੀ ਆ ਬੱਚਾ ਕੱਟੀ ਜਾ ਮਗਰ ਵੀਰੇ ਨਾਲ ਕੱਟੀ ਹਾਜ਼ਰ ਦੁੱਧ ਕਿੰਨਾ ਹੁਣ ਹਰ ਵੀਰੇ ਜੇ ਤਾਂ ਲੀਟਰ ਜੇ ਭਰਨਾ ਫਿਰ ਤਾਂ 19 ਭਰ ਦੋਗੇ ਓਕੇ ਕੰਡੇ ਦੇ 17 ਕਿਲੋ 2 ਟਾਈਮ 4 ਟਾਈਮ ਆਪਣੇ ਘਰੋਂ ਚੋਕਲ ਜਾਣ ਬੰਦੇ ਠੀਕ ਆ ਗੱਲ ਕੰਡੇ ਦਾ ਦੁੱਧ ਬਾਈ ਕਹਿੰਦਾ 17 ਕਿਲੋ ਆ ਡੰਗ 2 ਡੰਗ ਚੋਕੇ ਲੈ ਜਾਓ 13 ਹੋਰ ਕਮਾ ਦੇ ਚੋਬਰਾ ਤੇ ਜੇ ਗੱਲ ਕਰ ਲਈਏ ਰਾਜੇ ਚੋਣ ਚਬਾਉਣ ਦੀ ਚੋਣ ਜੋ ਇੱਕ ਨੰਬਰ ਆ ਵੀਰੇ ਬੱਚਾ ਲਾ ਕੇ ਦਿਖਾ ਰਹੇ ਬੜਾ ਜਿਆਦਾ 100 ਦੀ 100 ਤੇ ਬਾਕੀ ਜਿਹੜਾ ਸਮਾਂ ਹੈਗਾ ਸੱਜਣੋਂ ਦੁਪਹਿਰ ਦਾ ਲਿਆ ਕੋਈ ਨਹੀਂ ਇਧਰਲੇ ਬੰਨੇ ਲਿਆ ਬੱਚੇ ਤੇ ਲਿਆ ਪਰੇਸ਼ਾਨ ਨਾ ਕਰ ਸਮਾਂ ਹੈਗਾ ਸੱਜਣੋਂ ਦੁਪਹਿਰ ਦਾ ਨਾਲ ਆ ਗਈ ਕੱਟੀ ਤੇ ਚਬਾਈ ਦੇ ਜੇ ਗੱਲ ਕਰ ਲਈਏ 3-4 ਘੰਟੇ ਪੈਂਡਿੰਗ ਨੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਇੱਥੋਂ ਗਰੀ ਪਛਾਣ ਵਾਲੇ ਪੱਖ ਤੋਂ ਵੀ ਦਿਖਾ ਦਈਏ ਆਰਡਰ ਬਹੁਤ ਸੋਹਣਾ ਰੱਖਦੇ ਚੌੜਾ ਆਰਡਰ ਰੱਖਦੇ ਆ ਜੋਸ ਵਾਲਾ ਇਹ ਇੱਥੋਂ ਦਿਖਾ ਦੇ 2-4 ਟਾਈਮ 17 ਕਿਲੋ ਕੰਡਾ ਕਰਾ ਦਾਂਗੇ ਵੀਰੇ 10 ਦਿਨ ਚੋਵੇ ਆਪਣੇ ਘਰੇ ਯਾਰ ਬਾਅਦ ਆਪਾਂ ਲੰਬੜੇ ਨਾਲ ਆਪਣੇ ਘਰੇ ਬੰਦਾ ਤੋੜ ਕੇ ਤਸੱਲੀ ਕਰਕੇ ਜਾਵੇ ਯਾਰ ਚਾਰ ਦੰਦ ਬਰਾਬਰ ਕਰਕੇ ਛਿੱਗ ਦੇ ਕਿੰਨੀ ਚੱਕਦੀ ਆ ਛਿੱਗਦੀਆਂ ਬਾਈ ਕਹਿੰਦਾ ਕੰਨੀਆਂ ਚੱਕਦੀ ਆ ਇਹ ਮੰਨ ਲਓ ਪਿਓਰ ਦੂਜਾ ਸੂਆ ਆ ਗਈ ਝੋਟੀ ਤੇ ਦੁੱਧ ਬਾਈ ਕਹਿੰਦਾ 17 ਤਿਆਰ ਆ ਨਾਲ ਕੱਟੀ ਮੈਲੇ ਲੱਗੀ ਨੀ ਕਿੰਨਾ ਕੁ ਵੱਧ ਸਕਦੀ ਆ ਮੈਲੇ ਮੂਲੇ ਦੁੱਧ ਵੀਰੇ 3 ਕਿਲੋ ਤਾਂ ਵਧੂਗੀ ਹੋਰ 20 ਤਾਂ ਦੇਊਗੀ ਯਾਰ ਚਲ 20 ਨਹੀਂ 18 19 ਦੇ ਵੀਰੇ 20 ਪਲੱਸ ਦੇਊ ਉਹਨਾਂ 20 ਪਲੱਸ ਦੇਊ ਯਾਰ ਵੀਰੇ ਕਿੰਨੇ ਪੈਸੇ ਲਵੇਂਗਾ ਰਾਜੇ 22 ਦੀ ਰਿਪੋਰਟ ਦੇ ਅੱਜ ਮੁੱਲ ਵੀਰੇ ਹੈਗਾ ਹੈ 2,10,000 ਰੁਪਇਆ ਮਾਫੀ ਕੋਈ ਤੇ 1,90,000 ਦੀ ਮੈਂ ਦੇਵਾਂਗੇ ਆਪਾਂ 1,90 ਦੀ ਦੇਣੀ ਆ ਦੇਣੀ ਆ ਫਿਕਸ ਜੀ ਮੁੱਲ ਫਿਕਸ ਜੀ ਮੁੱਲ ਆ ਬੜਾ ਆਪਾਂ ਦੁੱਧ ਘੰਟੇ ਤੇ 17 ਕਿਲੋ ਲਵਾ ਕੇ ਦੇਣਗੇ ਘੰਟੇ ਤੇ ਆਪਾਂ 17 ਕਿਲੋ 17.5 ਕਿਲੋ ਤੋਲ ਕੇ ਦੇਵਾਂਗੇ ਆਪਣੇ ਘਰੇ 4 ਟਾਈਮ ਬਹਿ ਕੇ ਚੋਵੇ ਬੰਦਾ 10 ਦਿਨ ਦੀ ਸੂਈ 10 ਦਿਨ ਦੀ ਸੂਈ 12 ਦਿਨ ਹੋ ਗਏ ਸੂਈ ਨੂੰ 4 ਦੰਦ ਬਰਾਬਰ ਛਿੱਗ ਦੇ ਚੱਕ ਰਿਹਾ ਤੇ ਹੁਣ ਗੈਰੀ ਆ ਜਾ 2 ਨੰਬਰ ਤੇ ਆ ਕੱਟੀ ਤੇ ਮਾਰ ਦੇ ਕੈਮਰਾ ਸਿੰਗਾ ਚ ਡਿਜ਼ਾਈਨ ਦੇਖ ਇਹ ਵੀਰੇ ਦੂਜੇ ਸੂਏ ਆ ਝੋਟੀ ਇਹ ਵੀ ਕਿੰਨੀ ਚੱਕਦੀ ਮੈਨੂੰ ਆਦਾ ਇਹਨਾਂ ਇਹ ਪਿਓਰ ਚੌਗੀ ਆ 4 ਇਹ ਹਾਂ ਕਿੰਨੀ ਛਿੱਟੀਆਂ ਨਹੀਂ ਆ ਜਣੇ ਢੋਰ ਜਿਸੇ ਵੱਡੀ ਬੁੱਢੀ ਫੁੱਲ ਆ ਗਈ ਹੈ ਨਾ ਝੋਟੀ ਬਹੁਤ ਚੰਗੀ ਵੀਰੇ ਵੀ ਆ ਵੱਡੀ ਬੁੱਢੀ ਆ ਗਈ ਸੱਜਣੋ ਫੁੱਲ ਦੰਦਾਂ ਚ ਬਾਈ ਕਹਿੰਦਾ ਹੈਗੀ ਆ ਸਿਰਫ ਤੇ ਸਿਰਫ 4 ਦੰਦ ਕਿੰਨੇ ਕੁ ਦਿਨ ਦੀ ਸੂਈ ਹੋ ਗਈ ਇਹਨੂੰ ਸੂਈ ਨੂੰ ਵੀਰੇ 5 ਦਿਨ ਹੋ ਗਿਆ ਨਾਲ ਇਹਦੇ ਮੇਰਾ ਖਿਆਲ ਆ ਮੇਲ ਕਾਫ ਆ ਨਾ ਕੱਟਾ ਵੀਰੇ ਕੱਟਾ ਆ ਨਾਲ ਆ ਗਿਆ ਇਹਦੇ ਕੱਟਾ ਸੂਈ 5 ਦਿਨਾਂ ਦੀ ਤੇ ਬਾਡੀ ਬੁੱਢੀ ਦੀ ਬੜੀ ਘੈਂਟ ਆ ਹਨਾ ਬਾਡੀ ਚੰਗੇ ਸਾਰੇ ਚੰਗੇ ਵੀਰੇ ਆ ਸੂਆਰਾ ਜਿਹੜਾ ਕਿਹੜਾ ਹੋਊਗਾ ਦੂਜੇ ਸੂਏ ਵੀਰੇ ਲੱਗਦੀ ਪਹਿਲਾਂ ਨਾ ਯਾਰ ਨਹੀਂ ਨਹੀਂ ਦੂਜੇ ਸੂਏ ਵੀਰੇ ਆਪਾਂ ਐਵੇਂ ਭਕਾਈ ਮਾਰਦੇ ਦੂਜੇ 4 ਦੰਦ 4 ਦੰਦ ਦੂਜੇ ਸੂਏ ਆ 4 ਦੰਦ ਉਹੀ ਗੱਲ ਆ ਹਰਿਆਣੇ ਵਾਲੀ ਸੁਣਦੀ ਆ ਹਰਿਆਣੇ ਵਾਲੀ ਸੁਣਦੀ ਵੀਰੇ ਇਧਰਲੇ ਲੋਕਲ ਮੈਂ ਤਿੰਨੇ ਝੋਟੀਆਂ ਆਏ ਹਰਿਆਣੇ ਦੀਆਂ ਕੋਈ ਬੰਦਾ ਸਾਫ ਤਰੀਕਾ ਰੱਖਦਾ ਵੀ ਇਧਰਲੀ ਝੋਟੀ ਹੋਊਗੀ ਠੀਕ ਆ ਗੱਲ ਉਹ ਚੀਜ਼ ਦੀ ਗਰੰਟੀ ਹੋਊਗੀ ਉਹ ਗਰੰਟੀ ਹੋ ਫੁੱਲ ਵੀਰੇ ਚੋਣ ਚ ਪਾਉਣ ਦੀ ਕਿਵੇਂ ਆ ਚੋਣ ਚ 100 ਨੰਬਰ ਆ ਵੀਰੇ
ਠੀਕ ਹੈ ਗੱਲ ਤੇ ਬਾਕੀ ਚਵਾਈ ਦਾ ਸਮਾਂ ਪੈਂਡਿੰਗ ਹੈ 3-4 ਘੰਟੇ 3-4 ਘੰਟੇ ਪੈਂਡਿੰਗ ਹੈ ਵੀਰੇ ਕਿੰਨੇ ਦਿਨ ਦੀ ਸੂਈ ਹੈ ਸੂਈ ਨੂੰ ਵੀਰੇ 4-5 ਦਿਨ ਹੋ ਗਏ ਕਿੰਨਾ ਹੁਣ ਬੋਲਾ ਕਹਿ ਲਈਏ ਹਾਜ਼ਰ ਬੋਲਾ ਇਸ ਲਈ ਵੀਰੇ 11 ਕਿਲੋ ਬੰਦਾ ਤੋੜ ਕੇ ਜਾਵੇ ਆਪਣੇ ਘਰੋਂ ਕੰਡੇ ਵਾਲਾ ਕੰਡੇ ਵਾਲਾ 4 ਦਿਨਾਂ ਹੀ ਥੱਲੇ 4 ਦਿਨਾਂ ਸੂਈ ਵੀ 5ਵਾਂ ਦਿਨ ਸੂਈ ਨੂੰ 6ਵਾਂ ਦਿਨ ਵੀਰੇ 5ਵਾਂ 6ਵਾਂ ਦਿਨ ਸੂਈ ਨੂੰ ਆ ਬਾਈ ਕਹਿੰਦਾ ਨਾਲ ਆ ਗਿਆ ਕੱਟਾ ਦੰਦਾਂ 'ਚ 4 ਦੰਦ ਕੱਦ ਫੁੱਲ ਵੱਡਾ ਗਰੰਟੀ ਨਾਲ ਹਰਿਆਣੇ ਦੀ ਆ ਵਿਦ ਪ੍ਰੂਫ 11 ਕਿਲੋ ਬੋਲਾ ਬਾਈ ਕਹਿੰਦਾ ਹੁਣ ਨਾ ਕੰਡੇ ਤੇ ਤੋਲ ਕੇ ਦੇ ਦਾਂਗੇ ਤੇ ਵੱਡੀ ਬੁੱਢੀ ਸੱਜਣੋ ਫੁੱਲਾ ਤੇ ਬਾਡੀ ਬੁੱਢੀ ਯਾਰ ਬਾਲੀ ਲਾਜਵਾਬ ਆ ਤੇ ਥਣ ਵੀ ਪੂਰੇ ਗੈਪ ਤੇ ਲੱਗਿਆ ਇੱਥੋਂ ਦਿਖਾ ਦੇਈਂ ਕਹਿੰਦੀ ਲੇਵਾ ਜ਼ਰੂਰ ਟਾਈਟ ਰੱਖਦੀ ਆ ਪਰ ਉਹੀ ਗੱਲ ਆ ਵੀ ਇਹਦਾ ਸਮਾਂ ਵੀ ਸਮਾਂ ਰਹਿੰਦਾ ਨਾ ਚੋਣ 'ਚ ਹਾਂ ਸਮਾਂ ਵੀ ਪੈਂਡਿੰਗ ਆ ਚਵਾਈ ਦਾ ਇਹਦੀ ਤਾਂ ਉਹ ਹਿਸਾਬ ਨਾਲ ਜੱਜਮੈਂਟ ਕਰਾ ਦੇਈਂ ਤੇ ਵੱਡੀ ਦਾ ਇਹਤੋਂ ਵੀ ਵੱਧ ਲੱਗਦਾ ਜੇ ਵੀਰੇ ਆਪਾਂ ਬੱਚਾ ਲਾਤਾ ਅਲੱਗ ਹੋਣੇ ਬਾਜ਼ਾਰ ਹਟੀਆਂ ਵੀ ਆ ਠੀਕ ਆ ਗੱਲ ਕੀ ਬਾਤ ਹੈ ਬੰਜੂ ਦੁਗਣਾ ਲੇਵਾ ਕੱਢਦੀ ਚਮਕਦੀ ਆ ਕਿੰਨਾ ਕੁ ਦੁੱਧ ਪਾਊਗੀ ਪੀਕ ਲੈਵਲ ਤੇ ਉਹ ਵੀਰੇ ਪੀਕ ਲੈਵਲ ਤੇ 14-15 ਕਿਲੋ ਪਾ ਦੂਗੇ ਆਰਾਮ ਨਾਲ 14-15 ਕਿਲੋ ਠੀਕ ਆ ਗੱਲ ਕਿੰਨੇ ਪੈਸੇ ਲਵਾਂਗੇ ਰਾਜੇ ਦੇ ਮੁੱਲ ਵੀਰੇ ਦਾ 1.5 ਲੱਖ ਹੈ 1,45,000 ਦੇ ਦੇਵਾਂਗੇ 1,45,000 ਦੀ ਆਹ ਕੱਟੀ ਦੇ ਦਾਂਗੇ ਦੋ ਨੰਬਰ ਤੇ ਹੁਣ ਮਾਰ ਗਈ 3 ਵਾਲੀ ਤੇ ਉਹ ਇਦੂ ਵੀ ਚੱਕਮੀਆਂ ਚੱਕਮਾਂ ਚੱਕਮੀਆਂ ਗਾ ਕੰਮ ਰਾਜਾ ਕਹਿੰਦਾ ਸਿਰਾ ਹੀ ਲਾਉਣਾ ਅੱਜ ਧੋਰ ਕੋ ਵੀਰੇ ਝੂਟੀਆਂ ਬੜੇ ਚੰਗੇ 4 ਝੂਟੀਆਂ ਬੈ ਗਈਆਂ ਠੀਕ ਆ ਗੱਲ ਬੜੇ ਚੰਗੇ ਝੂਟੇ ਆ ਆਪਣਾ ਸੌਖਣਾ ਖੇਤੀ ਖੁੱਤੀ ਦਾ ਜ਼ਿਆਦਾ ਕੰਮ ਯਾਰ ਠੀਕ ਆ ਨਿਕਲ ਨਹੀਂ ਜਾਂਦਾ ਤੇ ਇਹ ਦੰਦਾਂ 'ਚ ਕਿਵੇਂ ਰਾਜੀ ਇਹ ਵੀਰੇ ਯਾਰ ਦੋ ਦੂ ਦੰਦ ਹੋਊ ਮੈਂ ਦੇਖੀ ਨਹੀਂ ਮੈਂ ਕਰ ਲੈਣਾ ਚੈੱਕ 2-4 ਹੋਊ ਉਹ ਇਹੋ ਜਿਹਾ ਕੁਛ ਵੀਰੇ ਲੂਣ ਕੱਟੀ ਆ ਇਹ ਸੂਆ ਪਹਿਲਾਂ ਮੇਰੇ ਹਣਾ ਲੂਣ ਕੱਟੀ ਆ ਵੀਰੇ ਸੂਆ ਪਹਿਲਾਂ ਪਹਿਲਾ ਸੂਆ ਕਦੋਂ ਦੀ ਸੂਈ ਆ ਸੂਈ ਨੂੰ ਅਜੇ ਤੀਜਾ ਦਿਨ ਆ ਵੀਰੇ ਤੋਰ ਤੋਰ ਬਾਈ ਤੋਰ ਖੋਲ ਬੋਲੋ ਸਾਫ ਆ ਜਾਵਾਂ ਸੂਈ 3 ਦਿਨ ਦੀ ਹਾਂ 8 ਕਿਲੋ ਬੋਲਾ ਵੀਰੇ ਥਲੇ ਬੱਚਾ ਕੀ ਆ ਨਾਲ ਬੱਚਾ ਕੱਟਾ ਵੀਰੇ ਨਾਲ ਮੇਲ ਕਾਫ ਕਿੰਨਾ ਬੋਲਾ ਹੁਣ ਬੋਲਾ ਵੀਰੇ 8 ਕਿਲੋ ਆ 7.5 ਕਿਲੋ ਬੰਦਾ ਮੈਂ ਕਿ ਲਵੇ ਹੱਥ ਯਾਰ ਕੰਡੇ ਤੋਲਣਾ ਸਾਰੀਆਂ ਕੋਲੇ ਕੰਡੇ ਤੋਂ ਜਿੰਨਾ ਦੁੱਧ ਦੱਸਿਆ ਕੰਡੇ ਤੋਲ ਕੇ ਜਾਵੇ ਯਾਰ ਠੀਕ ਆ ਗੱਲ ਆ ਇਹ 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 ਲੇਟ ਲੂਟ ਕਰੀਏ ਖਾਲੀ ਕੀ ਸੀਨ ਹੈ ਇਹਦਾ ਇਹ ਵੀਰੇ ਯਾਰ ਵੱਡੇ ਦਿਨ ਚੋਈ ਆ ਬਾਲੇ ਅੱਜ ਠੀਕ ਆ ਇਹ ਅੱਜ ਹੀ ਆਈ ਆ ਬਾਲੀ ਗੱਲ ਪਕਾਈ ਮਾਰਦਾ ਕੋਈ ਫਾਇਦਾ ਨਹੀਂ ਯਾਰ ਇਹ ਅੱਜ ਹੀ ਆ 10 ਵਜੇ ਆਪਣੇ ਘਰੇ ਆਈ ਆ ਉਦੋਂ ਚੋਈ ਆ ਠੀਕ ਆ ਗੱਲ ਲੇਟ ਹੋਈ ਆ ਇਹਦੀ ਚ ਬਾਈ ਹਾਂ ਲੇਟ ਹੋਈ ਆ ਵੀਰੇ ਤੇ ਬੋਲਾ ਜਿੰਨਾ ਦੱਸਾਂਗੇ ਉਹਨਾਂ ਡੰਗ ਤੋਂ ਡੰਗ ਬੋਲਾ ਯਾਰ ਆਪਣੇ ਪੰਜ ਦੇ 7.5 ਕਿਲੋ ਤੋਲ ਕੇ ਜਾਵੇ ਆਪਣੇ ਘਰੋਂ ਠੀਕ ਆ ਗੱਲ ਦੋ ਦੰਦ ਆ ਦੋ ਦੰਦ ਹੈ ਹਾਂ ਪਲੂਨ ਕੱਟੀ ਆ ਦੰਦਾਂ ਚ ਬਾਈ ਕਹਿੰਦਾ ਦੋ ਦੰਦ ਆ ਤੇ ਬਿਊਟੀ ਵਾਲੇ ਮਾਮਲੇ ਚ ਆ ਗਈ ਕਿਹੜਾ ਹੋਰ ਕੰਮਾਂ ਦੇ ਚੋਬਰਾ ਨੂੰ ਇੱਥੋਂ ਗਹਿਰੀ ਫੇਸ ਤੇ ਮਾਰਦੀ ਦੋ ਦੰਦ ਤੇ ਚੜਾਈ ਚੜੂਈ ਬਹੁਤਾ ਕੱਟੀ ਦੀ ਤੇ ਬਾਕੀ ਬਾਈ ਕਹਿੰਦਾ ਦੀ ਚਵਾਈ ਆ ਜਿਹੜੀ ਕਾਫੀ ਲੇਟ ਹੋਈ ਆ ਕੋਈ ਸੈਡ ਸੂਟ ਨਹੀਂ ਇਹਨੇ ਬੱਚੇ ਦੁੱਧ ਚੁੰਗਣ ਜੰਗਣ ਜੋ ਹੋਇਆ ਛੱਡਣ ਨੂੰ ਜਵਾਬ ਚ ਗਾਰੰਟੀ ਸਾਰੇ ਕਾਸੇ ਦੀ ਗਾਰੰਟੀ ਫੁੱਲ ਵੀਰੇ ਠੀਕ ਆ ਗੱਲ ਤੇ ਚਵਾਈ ਇਹਦੀ ਬਾਈ ਚੰਗੀ ਚਵਾਈ ਹੈ ਵੀਰੇ ਠੀਕ ਆ ਤੇ ਬਾਕੀ ਬਾਡੀ ਬੁੱਡੀ ਦੀ ਵੀ ਬਹੁਤ ਘੈਂਟ ਆ ਗਈ ਹੈ ਨਾ ਬਾਡੀ ਦੇ 1 ਨੰਬਰ ਵੀਰੇ ਬਾਡੀ ਦੀ ਆ ਗਈ ਫੁੱਲ ਸ਼ਾਨਦਾਰ ਇਹ ਕਿੰਨਾ ਕੁ ਦੁੱਧ ਪਾ ਦੂ ਰਾਜੇ ਦੁੱਧ ਵੀਰੇ ਨਾ ਵਾਲਾ 12 ਕਿਲੋ ਦੇਊਗਾ ਯਾਰ ਕਿੰਨੇ ਪੈਸੇ ਲਵੇਂਗਾ ਜੀ ਇਹਦਾ ਮੁੱਲ ਵੀਰੇ 1,25,000 ਆ 1,23,000 ਦੇਵਾਂ ਵੀਰ ਬਣਾ ਫੋਨ ਭਰਾ ਉਹੀ ਲਾਵੇ ਜਿਹਨੇ ਲੈਣੀ ਆ ਫਿਕਸ ਜਈ ਆ ਕੰਮ ਠੀਕ ਆ ਗੱਲ ਚੀਜ਼ਾਂ ਦੇ ਪੈਸੇ ਮੰਗੇ ਆਪਾਂ ਠੀਕ ਆ ਗੱਲ ਤੇ ਹੁਣ ਆ ਜਾ ਗਿਆ ਰਹੀ ਇਧਰਲੇ ਬੰਨੇ ਆ ਗੱਬਣਾ ਇਹ ਆ ਗਈ ਨੀਲੀ ਰਾਵੀ ਟੱਚ ਨਹੀਂ ਪਿਓਰ ਨੀਲੀ ਰਾਵੀ ਵੀਰੇ ਆ ਇਹ ਸਿਮਨ ਨੂੰ ਵੀ ਬਹੁਤ ਚੰਗਾ ਲੱਗਿਆ ਪਿੰਡੋਂ ਲਈਏ ਵੀਰੇ ਕੱਟੀ ਆਪਾਂ ਕਿਹੜਾ ਲੱਗਿਆ ਤੇ ਰਾਜੇ ਇਹ ਰੋਡਿਆਂ ਦਾ ਲੱਗਿਆ ਯਾਰ ਐਨ ਪਤਾ ਕਿਹੜੇ ਦੇ ਸਕਰਾਜ ਦਾ ਕਿਹੜੇ ਦਾ ਰੋਡਿਆਂ ਦਾ ਲੱਗਿਆ ਕਹਿੰਦੇ ਬਹੁਤ ਚੰਗਾ ਸਿਮਨ ਲੱਗਿਆ ਤੋਰ ਬਾਈ ਤੋਰ ਖੋਲ ਕੇ ਬਾਈ ਇਹ ਕੋ ਸਾਰਾ ਕੋ ਪ੍ਰੂਫ ਪਿਆ ਪ੍ਰੂਫ ਆ ਦੇ ਦੇਣਾ ਸੂਆ ਰਾਜੇ ਦਾ ਇਹ ਪਲੂਨ ਕੱਟੀ ਵੀਰੇ ਪਹਿਲਾਂ ਹਾਂ ਪਹਿਲਾਂ ਸਿੰਘ ਸੰਗ ਗੋਲ ਆ ਗਿਆ ਨਾ ਹਾਂ ਵੀਰੇ ਕੱਟੀ ਲੇਵਾ ਬਹੁਤ ਸੀਗਾ ਇਹ ਜਿਹੜਾ ਕੱਲ ਲਈ ਆਪਾਂ ਜੋ ਕੱਲ ਖਿੱਚੀ ਆ ਉਹਦਾ ਕਰਕੇ ਇਹਦਾ ਡੋਕੇ ਪਾਏ ਉਹ ਠੀਕ ਹੈ ਇਹਦਾ ਲੇਵਾ ਉਪਰਾ ਕਰਕੇ ਲੇਵਾ ਚੜਾ ਗਈ ਠੀਕ ਹੈ ਕਾ ਇੱਕ ਦਿਨ ਕੱਢਦੀ ਆ ਇਹ ਵੀਰੇ 5-4 ਦਿਨ ਲੈ ਜੂ ਯਾਰ ਕੱਢ ਦੂ 5-7 ਦਿਨ ਹਾਂ 5-7 ਦਿਨ ਲੈ ਦੰਦਾਂ 'ਚ ਕਿਵੇਂ ਰਾਜੇ ਇਹ ਦੰਦਾਂ 'ਚ ਵੀ ਦੁੱਗੀ ਚੌਗੀ ਹੋਈ ਹੈ ਮੇਰੇ ਹਿਸਾਬ ਨਾਲ ਯਾਰ ਠੀਕ ਹੈ ਗੱਲ ਦੋ ਦੰਦ ਹੀ ਹੈ ਮੇਰੇ ਹਿਸਾਬ ਨਾਲ ਬਾਈ ਕਹਿੰਦਾ 2-4 ਹੀ ਹੋਊਗੀ ਕਿਉਂਕਿ ਉਮਰ ਦੀ ਛੋਟੀ ਆ ਗਈ ਤੇ ਆ ਗਈ ਨੀਲੀ ਦੇ ਪੱਖ ਵਾਲੇ 'ਚ ਜ਼ਿਆਦਾ ਤੇ ਬਾਈ ਕਹਿੰਦਾ ਲੱਗਿਆ ਨਹੀਂ ਜ਼ਿਆਦਾ ਨਹੀਂ ਵੀਰੇ ਪਿਓਰ ਨੀਲੀ ਆ ਨੀਲੀ ਦੀ ਲੱਗਿਆ ਰਾਜਾ ਕਹਿੰਦਾ ਅਰੇ ਸੂਲ ਤੇ ਵੀ ਨਿਸ਼ਾਨ ਅਰੇ ਤੇ ਦੇਖ ਲੈ ਕੋਈ ਜਵਾਕ ਤਾਂ ਨਹੀਂ ਇਹਨੇ ਲੈਣੀ ਆ ਠੀਕ ਹੈ ਗੱਲ ਤੇ ਜੇ ਵੀਰੇ ਮੁੱਲ ਕਰਦਾ ਆਪਾਂ ਇੱਥੋਂ ਮਾਰ ਦਿੰਗੇ ਰੀ ਫੇਸ ਤੇ ਮੋਰ ਤਾਂ ਕਮਾਲ ਹੀ ਕਰ ਦੋ ਹੈਰਾਨ ਕਰਨ ਵਾਲੀ ਕਰ ਦਾਂਗੇ ਹੈਰਾਨ ਕਰਦਾ
ਅੱਖਾਂ ਚ ਵੀ ਸਾਰੀ ਸ਼ਕੀਨ ਨੇ ਨਾ, ਅੱਖਾਂ ਚ ਵੀਰੇ ਸਾਰੇ ਦੋਨਾਂ ਚ ਹੈਗਾ ਮਾੜਾ ਮਾੜਾ, ਠੀਕ ਹੈ ਗੱਲ, ਤਾਂ ਆਪਾਂ ਪਿਓਰ ਅੱਖਾਂ ਨਹੀਂ ਨੇ ਕਮਾਲ ਆ ਬਈ, ਇੱਥੋਂ ਇੱਥੋਂ ਕਹਿ ਰਹੀ ਸਾਈਡ ਤੋਂ ਦਿਖਾ ਦੀਆਂ ਇਹਨਾਂ ਦੇਖਦੇ ਨੇ ਬਿੱਲੀਆਂ ਅੱਖਾਂ ਹੈਗੇ ਨਾ, ਸੁਭਾਅ ਦੀ ਵੀ ਠੰਡੀ ਆ ਨਾ, ਠੰਡੀ ਆ ਵੀਰੇ, ਕਮਾਲ ਆ ਕਮਾਲ ਆ, ਕਰਮ ਠੰਡੀ ਦੇਣੀ ਆ, ਇੱਥੇ ਰੋਕ ਲਈ ਅਸੀਂ ਉਧਰ ਰਾਤ ਆਪਾਂ ਪਾਸ ਕੀਤੀ ਆ, ਆਹੀ ਬਹਿ ਗਏ ਥੱਲੇ ਦੇ, ਇੱਥੇ ਬਸ 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 ਇੱਥੇ ਮਾਰ ਦੀ ਗਹਿਰੀ ਕੈਮਰਾ, ਦਿਨ ਬਾਈ ਕਹਿੰਦਾ 5-7 ਕੱਢ ਦੂ, ਲੈ ਅੰਦਰ ਨੂੰ ਇਹਦੇ ਪੈਸੇ ਕਿੰਨੇ ਦੇਵਾਂਗੇ ਰਾਜੇ? ਮੁੱਲੇ ਦਾ ਵੀਰੇ 1,07,000 ਆ, 1,05,000 ਦੇਵਾਂਗੇ, ਫਿਕਸ ਕਰ ਦੋ ਜੀ, ਯਾਰ ਪੂਰੇ ਲੱਖ ਦੇ ਦਾਂਗੇ ਯਾਰ, ਪੂਰੇ ਹੀ ਦੇ ਦਾਂਗੇ, ਦੇ ਦਾਂਗੇ ਪੂਰੇ, ਛੋਟ ਛੱਪਾ ਜਾ ਕਰ ਦਾਂਗੇ, ਕਰਦਾ ਛੋਟ ਆਪਾਂ, ਮੈਂ ਹੱਕ ਤਾਂ ਬਣਦਾ ਨਹੀਂ, ਜੋ ਵੀ ਮਾਨਤਾਨ ਹੋ ਜੂ ਛੋਟ ਛੱਪਾ ਹੋ ਜੂ, ਹੁਣ ਵੀਰੇ ਜਦੋਂ ਆਪਾਂ ਲਈ ਉਹਨਾਂ ਨੇ ਵੀਡੀਓ ਦੇਖਣੀ ਆਪਾਂ ਕੀ ਦਾ ਉੱਠ ਕੋੜਾ ਮੰਗ ਲਿਆ ਯਾਰ, ਠੀਕ ਹੈ ਗੱਲ ਆ ਬਾਈ, ਕਹਿੰਦਾ ਕੋਈ ਗੱਲ ਨਹੀਂ, ਆਪਣੇ ਇੰਨੇ ਜਾਨਵਰ ਚੱਕ ਦਾ ਗਿਆ ਉਠਾਉਂਦਾ ਹੀ ਆ, ਪਰ ਇੱਕ ਗੱਲ ਆ ਕੱਟੀ ਸ਼ਕੀਨ ਬਹੁਤ ਆ, ਇਧਰਲੇ ਬੰਨੇ ਕਰ ਦੇ ਬਾਈ, ਉਧਰਲੇ ਬੰਨੇ ਸ਼ਕੀਨ ਬਹੁਤ ਵਧੀਆ, ਚਵਾ ਉਧਰਲੇ ਬੰਨੇ ਦਿਖਾ ਦੀ ਗਰੀ ਤੇ ਸੁਭਾਅ ਦੀ ਆ ਗਈ ਬਿਲਕੁਲ ਠੰਡੀ ਸੀਲ, ਹੱਥ ਫਿਰ ਦੱਸੇ ਤਿੰਨ ਤਾਂ ਦਿਖਾ ਦੀਆਂ ਬਾਈ ਕੋਲੇ ਮੁਰਾ ਦੀਆਂ, ਇੱਕ ਦਿਖਾਈ ਆ ਨੀਲੀ ਦੀ, ਗੱਲ ਪੱਕੀ ਆ ਉਹ ਗਾਂ ਵਾਲੀ, ਬੜੀ ਠੰਡੀ ਆ ਯਾਰ, ਗਾਂ ਵਾਲਾ ਗਾਂ ਵਾਲੀ ਆ ਜਮੀ, ਇਹ ਬਾਈ ਕਹਿੰਦਾ ਲੱਖ ਚੋਂ ਮਾਨਤਾਨ ਕਰ ਦਾਂਗੇ, ਨੰਬਰ ਬੋਲ ਦੋ ਜੀ, ਨੰਬਰ 9597273698, 9597273698 ਬਾਈ ਦਾ ਨੰਬਰ ਆ, ਝੋਟੀਆਂ 4 ਦਿਖਾਤੀਆਂ, ਦਿਖਾਤੀਆਂ ਸੱਜਣੋ ਟੌਪ ਤੋਂ ਟੌਪ ਆ, ਤੇ ਆਹ ਝੋਟੀ ਆ ਗਈ ਤਿਆਰ ਦੁੱਧ ਵਾਲੀ, ਤੇ ਇੱਥੋਂ ਦਿਖਾ ਦੀ ਗਰੀ ਹਵਾਨਾ ਜਦੋਂ ਐ ਨੂੰ ਜਾਂਦੀ ਆ ਡੰਗ ਤੇ ਖੜਦੀ ਆ, ਬਾਈ ਕਹਿੰਦਾ ਅੜਕੇ ਜਮਾ, ਮੈਂ ਨਾ ਵੀਰੇ ਫੁੱਟਬਾਲ ਮਾਰ ਜੂ, ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ, ਸੰਪਰਕ ਬਾਈ ਨਾਲ ਕਰ ਲਿਓ, ਪਿੰਡ ਬਿਲਾਸਪੁਰ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ, ਧੰਨਵਾਦ ਜੀ।